ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸਨੇਰੀ 'ਤੇ। ਦੋਸਤੋ, ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਯੋਯੋ ਹਨੀ ਸਿੰਘ ਦੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਉਹ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੀ ਗਾਇਕੀ ਅਤੇ ਲਿਖਤ ਦੀ ਤਾਰੀਫ ਕਰ ਰਿਹਾ ਹੈ। ਤਾਂ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੇ ਰਾਜੇ ਸਿੱਧੂ ਮੂਸੇਵਾਲ ਤੋਂ। ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀਡੀਓਜ਼ ਅਸੀਂ ਤੁਹਾਨੂੰ ਅੱਜ ਯੋਯੋ ਹਨੀ ਸਿੰਘ ਦੀ ਦਿਖਾਵਾਂਗੇ ਇਸ ਵੀਡੀਓ ਵਿੱਚ, ਉਸਨੂੰ ਦੇਖ ਕੇ ਤਾਂ ਇੱਦਾਂ ਹੀ ਲੱਗਦਾ ਹੈ ਕਿ ਉਹ ਸਿੱਧੂ ਮੂਸੇਵਾਲ ਦਾ ਬਹੁਤ ਕੱਟੜ ਫੈਨ ਹੈ ਅਤੇ ਕਿਤੇ ਉਹ ਸਿੱਧੂ ਨੂੰ ਲੈਜੈਂਡ ਕਹਿੰਦਾ ਹੈ, ਕਿਤੇ ਚੀਤਾ ਅਤੇ ਕਿਤੇ ਉਹ ਸਿੱਧੂ ਦੇ ਗਾਣਿਆਂ 'ਤੇ ਨੱਚਦਾ ਦੇਖਣ ਨੂੰ ਮਿਲਦਾ ਹੈ। ਇੱਕ ਹੋਰ ਨਿਊ ਸਕੂਲ ਮੇਂ ਸਭ ਕੋ ਪਤਾ ਹੈ, ਬਹੁਤ ਧਮਾਕਾ ਡਾਲਾ ਹੋਇਆ ਹੈ ਸਾਡਾ ਆਪਣਾ ਸਿੱਧੂ ਮੂਸੇਵਾਲਾ। ਉਹਦੇ ਬੜੇ ਸਾਰੇ ਗੀਤ ਮੈਨੂੰ ਪਸੰਦ ਹੈ, ਆਹ ਗੀਤ ਮੈਨੂੰ ਬਹੁਤ ਪਸੰਦ ਹੈ ਸਪੈਸ਼ਲੀ। ਔਰ ਇਸ ਵੀਡੀਓ ਮੇਂ 3 ਮਿੰਟ 7 ਸੈਕਿੰਡ ਪੇ ਕਲਿਪ ਆਤੀ ਹੈ ਜਹਾਂ ਪੇ ਬੱਚਾ ਇਸ ਸੇ ਫੋਟੋ ਕਰਾਨਾ ਚਾਹਤਾ, ਫਿਰ ਬਾਅਦ ਮੇਂ ਉਹ ਬੱਚਾ ਪੜਨਾ ਬੰਦ ਕੇ ਆਤਾ ਔਰ ਇਸਕੇ ਸਾਥ ਫੋਟੋ ਕਰਾਤਾ। ਦੈਟਸ ਲਾਈਕ ਬੈਸਟ ਸ਼ਾਟ ਇਨ ਦ ਵੀਡੀਓ, ਜਸਟ ਲਿਸਨ ਬਾਏ ਸਿੱਧੂ ਮੂਸੇਵਾਲਾ। ਅਗਰ ਆਪ ਲੋਗੋਂ ਨੇ ਨਹੀਂ ਸੁਣਾ ਹੈ, ਜੋ ਹਿੰਦੀ ਸੁਣਨੇ ਵਾਲੇ ਜ਼ਿਆਦਾ ਲੋਕ ਹੈ, ਅੰਗਰੇਜ਼ੀ ਸੁਣਨੇ ਵਾਲੇ, ਸੋ ਆਈ ਥਿੰਕ ਦਿਸ ਇਜ਼ ਅ ਮਸਟ ਲਿਸਨ ਸੌਂਗ, ਜਸਟ ਲਿਸਨ। ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਨੋ ਡਾਰੂ ਆਰ ਇਟ, ਬਹੁਤ ਹੀ ਟੈਲੈਂਟਡ। ਲਾਸਟ ਬਟ ਨੋਟ ਦ ਲੀਸਟ, ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਇਜ਼ ਅ ਲੈਜੈਂਡ ਆਫ ਦਿਸ ਡੈਕੇਡ। ਆਈ ਲਵ ਦਿਸ ਸੌਂਗ, ਸਿੱਧੂ ਮੂਸੇਵਾਲਾ ਬੇਬੀ, ਪ੍ਰੇਮ ਢਿੱਲੋਂ, ਦਿਸ ਇਜ਼ ਸਮਥਿੰਗ ਸ਼ਿਟ। ਨਸੀਬ ਨਸੀਬ ਸ਼ਟ ਅਪ, ਓ ਯਾਨੀ ਇਸ ਕਿਲਰਸ ਮੈਨ। ਆਈ ਲਵ ਦਿਸ ਸੌਂਗ, ਸਿੱਧੂ ਮੂਸੇਵਾਲਾ। Lyrics, what a composition, what a production, and he gonna make us all Punjabi proud big way. Hale vi bahut maan hai sanu Sidhu Moosewala te. I represent, I promote old school hip hop music, that's why I love this song. Yes, fuck trap song, fuck trap, hoy old school mitra di vibe balli. ਉਹਦੀ ਜਿਹੜੀ ਉਸਕੀ ਜੋ ਸਾਦਗੀ ਹੈ ਨਾ ਲੜਕੇ ਕੀ, ਜੋ ਸਿੰਪਲਿਸਿਟੀ ਹੈ ਔਰ ਉਸਮੇ ਨਾ ਛਲਕ ਪਟਨੀ ਹੈ। ਮੈਂ ਮਿਲਾ ਨਹੀਂ ਹੂੰ, ਮੇਰੀ ਇੱਕ ਵਾਰੀ ਬਾਤ ਹੋਈ ਹੈ, ਮਿਲਾ ਨਹੀਂ ਹੂੰ ਅਭੀ ਮੈਂ ਉਸਸੇ, ਲੇਕਿਨ ਇਤਨਾ ਤਾਂ ਆਪਕੋ ਪਤਾ ਲੱਗ ਜਾਤਾ ਹੈ ਇੰਟਰਵਿਊਜ਼ ਦੇਖ ਕੇ ਜਾਂ ਬੰਦੇ ਕੋ ਸਟੇਜ ਪੇ ਦੇਖ ਕੇ, ਗਾਣੋਂ ਕੀ ਬਾਤ ਅਲੱਗ ਹੈ। ਲਓ ਵੀ ਮਿੱਤਰ, ਆਪਕਾ ਨਾਮ ਨਹੀਂ ਮੈਨੇ ਪੜਾ ਤਾ, ਔਰ ਆਪਨੇ ਬੋਲਾ, ਤੁਸੀਂ ਕਿਹਾ ਕਿ ਸਿੱਧੂ ਮੂਸੇਵਾਲਾ ਗਾਣਾ ਲਾ ਦਾ ਪਲਾ ਤਾ, ਔਰ ਸਿੱਧੂ ਮੂਸੇਵਾਲੇ ਕੋ ਮਚ ਲਵ, ਮਚ ਲਵ, ਔਰ ਬਿਗ ਹਗ, ਲੋਟਸ ਆਫ ਲਵ, ਚੀਤਾ ਹੈ ਬੰਦਾ ਚੀਤਾ, ਜਿਹੜੀ ਰਫਤਾਰ ਹੈ, ਜਿਹੜੀ ਇਹਦੀ ਸਪੀਡ ਹੈ। ਮੈਂ ਆਪਕੋ ਬਤਾ ਰਹਾ ਹੂੰ, ਉਸ ਬੰਦੇ ਕੋ ਦੇਖ ਰਹਾ ਹੂੰ ਅਭੀ ਜੋ ਗਰੋ ਕਰੇਗਾ, ਔਰ ਸਟੇਜ ਪੇ ਆਈ ਥਿੰਕ ਮੁਝੇ ਲਗਤਾ ਹੈ ਆਰਟਿਸਟ 99.9% ਵਹੀ ਹੋਤਾ ਹੈ ਜੋ ਹੈ। ਦੋਸਤੋ, ਹਨੀ ਸਿੰਘ ਨੇ ਆਪਣੇ ਇੰਸਟਾ ਸਟੋਰੀ ਤੋਂ ਇਲਾਵਾ ਹੋਰ ਕਿਤੇ ਵੀ ਕਰਨ ਔਜਲਾ ਦਾ ਜ਼ਿਕਰ ਨਹੀਂ ਕੀਤਾ ਅਤੇ ਉਸਨੇ ਕਰਨ ਔਜਲਾ ਦੀ ਲਿਖਤ ਨੂੰ ਡੋਪ ਲਿਰਿਕਸ ਆਖਿਆ ਸੀ ਅਤੇ ਕਰਨ ਔਜਲਾ ਦਾ ਲਿਖਿਆ ਗਾਣਾ ਗੋਟ ਉਸਦੇ ਦਿਲ ਨੂੰ ਬਹੁਤ ਪਾਇਆ। ਨਾਲ ਹੀ ਹਨੀ ਸਿੰਘ ਨੇ ਦਲਜੀਤ ਦੋਸਾਂਝ ਦੀ ਵੀ ਤਾਰੀਫ ਕੀਤੀ ਅਤੇ ਲਿਖਿਆ ਕਿ ਇਹਨੂੰ ਕਹਿੰਦੇ ਆ ਅਸਲੀ ਮਾਲ। ਸੋ ਦੋਸਤੋ, ਅੱਜ ਦੇ ਲਈ ਇੰਨੇ ਹੀ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।